हिंद वासियो रखना याद सानू कदे दिलां दे विचों ना भुला जाना। असी देश की खातर लगे चढ़न फांसी किते वेख के ना सानू घबरा जाना। अज असी फिर उस जगह ते पहुंचे हाँ, तुसी देख सकते हो इस वक्त असी फिरोजपुर के रेलवे स्टेशन ते खड़े हाँ, जिथे कि अज 25 तरीक का पंजाब बंद का सद्दा सीगा। अज पंजाब बंद के सद्दे उत्ते तुसी देख सकते हो हजारां की तादाद दे विच जिहड़ा हजूम है किसानां दा किवें आया, किसान अपनी आवाज कायम करन आया। नौजवानी की गल की सी, नौजवान अज की सोचता है की बोलता है, इसते उन्दे नाल गल करांगे। नौजवान वर्ग अज देखा भी बहुत गया, अज वड्डे पद्धर ते देख सकते हो कि किवें जिहड़े किसान इत्थे आए है ते अज उन्हां नाल गलबात करदे आ। अज इंटरव्यू नहीं बल्कि अज सीधी किसानां नाल गल करांगे, किसान ते नौजवान इस बारे की सोचते हैं फैसले नूं। असीं अज किसान मजदूर संघर्ष कमेटी का जिहड़ा धरना जो सरदार सतनाम सिंह जी पन्नू ने जी केंद्र वल्लों जो आर्डीनेंस रद्द कीते गए आ उस दे विरोध दे विच असीं अज जिहड़ा हैगा केंद्र दा सरकार दा विरोध कर लिया। अज असीं इत्थे इकट्ठे होए आ ते मैं दसना चाहुंना भी असीं जोन जिहड़ा ममदोट आ उहनूं बिलोंग करदे आ, जिला फिरोजपुर दे विच जिहड़ा इत्थे अपना रेल रोको अंदोलन आ उहदे विच अज शामिल होए आ। ते उह भी असीं इह सुणिया भी जिहड़ा भी कोई भी अंदोलन हैगा ना उहदे विच नौजवानां दा बड़ा वड्डा रोल आ, ते उस चीज़ नूं असीं मुख रखदे होए सरकारां दे प्रति रोह प्रगट करदे होए 100 तों वध नौजवानां दा जिहड़ा असीं जथा लै के अज इत्थे पहुंचे आ। ते किसान मजदूर संघर्ष कमेटी के जोन प्रधान सरदार सतनाम सिंह पन्नू के असी विचार भी सुने ने, असी उन्होंने बहुत प्रभावित होए हैं। जे मोर्चा इदा ही चलता रहा लोगों का जिन्ना उत्साह वेखन को मिले भी उस दिन दूर नहीं जो असी जो आर्डीनेंस असी अपना जो रद्द करवा के अड़ा, बस मेरी इन्नी बेनती प्रवान करिए। हाँ जी धरने हाँ जी सुने भी ना सुने धाके ना सुनाल आते कुट कुट के बंदे बना देंगे फिर कितने फिरते ने तिड़े 2022 का इलेक्शन आ रहा है ਉਹ ਤਾਂ ਫਿਰ ਦੱਸਾਂਗੇ ਨਾ ਘਰ ਆਏ ਇਹਨਾਂ ਨੂੰ ਹਾਰ ਪਾਵਾਂ ਛਿੱਤਰਾਂ ਦੇ ਐਂ ਸਾਰਿਆਂ ਨੂੰ ਘੱਲਦਿਆਂ ਦੇ ਛਿੱਤਰਾਂ ਦੇ ਹਾਰ ਪਾ ਕੇ ਲੱਗੇ ਜਾਂਦੇ ਉਹਦੇ ਗੀਤ ਗਾਉਂਦੇ ਜਾਂਦੇ ਕਿ ਨਹੀਂ ਪਿੰਡ 'ਚ ਵੜਨੀ ਨਹੀਂ ਦੇਣੇ ਆਹ ਅਸੀਂ ਤਾਂ ਅੱਕੇ ਪਏ ਇਹਨਾਂ ਦੇ ਹੱਥੋਂ ਅਸੀਂ ਤਾਂ ਇਹਨਾਂ ਦੇ ਹੱਥੋਂ ਅੱਕੇ ਪਏ ਹਾਂ ਜਿਹੋ ਜਿਹੇ ਇਹਨਾਂ ਦੇ ਹਾਲ ਨੇ। ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ, ਜੋ ਪੰਜਾਬ ਦੇ ਵਿੱਚ ਪੰਜਾਬ ਬੰਦ ਨੂੰ ਮਹਿਤ ਮਿਲ ਰਹੀ ਆ ਜਾਂ ਰੇਲ ਰੋਕੋ ਪ੍ਰੋਗਰਾਮ ਨੂੰ ਔਰ ਰੇਲ ਰੋਕੋ ਅੰਦੋਲਨ ਹੈ ਸਾਡਾ ਇਹਨੂੰ ਮਹਿਤ ਮਿਲ ਰਹੀ ਆ ਪੂਰੇ ਪੰਜਾਬ ਦੇ ਲੋਕਾਂ ਵੱਲੋਂ। ਇਹ ਮੇਰੇ ਵੀਰੋ ਬਹੁਤ ਹੀ ਸ਼ੁਭ ਸਗਨ ਆ, ਬਹੁਤ ਚੰਗੀ ਗੱਲ ਆ ਅਤੇ ਇਹ ਜਿਹੜੀ ਲਹਿਰ ਆ ਇਹ ਸਰਕਾਰ ਨੂੰ ਝੁਕਾ ਦੂਗੀ। ਅਸੀਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਇਹ ਆਰਡੀਨੈਂਸਾਂ ਦੇ ਖਿਲਾਫ਼ ਜਾਂ ਜਿਹੜੇ ਹੋਰ ਧੱਕੇ ਹੁੰਦੇ ਸਰਕਾਰਾਂ ਵੱਲੋਂ ਜੋ ਲੁੱਟ ਹੋ ਰਹੀ ਆ ਲੋਕਾਂ ਦੀ, ਜਿਸ ਤਰ੍ਹਾਂ ਨਸ਼ੇ ਜਿਹੜੇ ਆ ਉਹ ਲੋਕਾਂ ਨੂੰ ਲਾ ਕੇ ਲੋਕਾਂ ਦੇ ਜਿਹੜੇ ਆਪਣੇ ਨੌਜਵਾਨ ਆ ਉਹਨਾਂ ਨੂੰ ਇਹ ਪੁੱਠੇ ਪਾਸੇ ਲਾ ਕੇ ਅਤੇ ਸਮਾਜ ਨੂੰ ਜਿਹੜਾ ਵਾ ਪੰਗੂ ਬਣਾਉਂਦੇ ਆ, ਆਪਣੇ ਹੇਠ ਕਰਦੇ ਆ, ਆਪਣੇ ਜਿਹੜੇ ਨਿੱਜੀ ਵਿਵਾਦ ਇਹਨਾਂ ਦੇ ਉਹ ਹੱਲ ਕਰਾਉਂਦੇ ਆ ਰਾਜਨੀਤਿਕ ਪਾਰਟੀਆਂ ਵਾਲੇ, ਉਹਨਾਂ ਦੇ ਖਿਲਾਫ਼ ਜਿਹੜੀ ਲਹਿਰ ਇੱਕ ਬਣ ਰਹੀ ਆ ਇਹ ਬਹੁਤ ਵਧੀਆ ਗੱਲ ਆ। ਅਤੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਨੌਜਵਾਨਾਂ ਨੂੰ, ਸਾਰੇ ਹੋਰ ਜਿੱਡੇ ਵੀ ਵਰਗ ਆ ਜਿਹੜੇ ਭਲਾ ਚਾਹੁਣ ਵਾਲੇ ਆ ਪੰਜਾਬ ਦੇ, ਪੱਤਰਕਾਰ ਆ, ਵਕੀਲ ਆ, ਬੁੱਧੀਜੀਵੀ ਆ, ਸਾਰੇ ਵਰਗਾਂ ਨੂੰ ਅਪੀਲ ਕਰਦੇ ਹਾਂ ਵੀ ਉਹ ਇਹਨਾਂ ਮੋਰਚਿਆਂ ਦੇ ਸ਼ਾਮਿਲ ਹੋਣ, ਸੰਘਰਸ਼ਾਂ ਦੇ ਸ਼ਾਮਿਲ ਹੋਣ, ਜੇ ਅੱਜ ਪੰਜਾਬ ਨੂੰ ਬਚਾਉਣਾ, ਪੰਜਾਬ ਦਾ ਪਾਣੀ ਬਚਾਉਣਾ, ਪੰਜਾਬ ਦੀ ਜ਼ਮੀਨ ਬਚਾਉਣੀ ਆ, ਖੇਤੀ ਮੰਡੀ ਬਚਾਉਣੀ ਆ, ਆਰਡੀਨੈਂਸ ਰੱਦ ਕਰਾਉਣੇ ਆ ਅਤੇ ਜਿਹੜੇ ਹੋਰ ਜਿਹੜੇ ਕਿਸਾਨਾਂ ਮਜ਼ਦੂਰੀ ਦੀਆਂ ਦਿੱਕਤਾਂ ਵਾ ਉਹ ਹੱਲ ਕਰਾਉਣੀਆਂ। ਅਤੇ ਅੱਜ ਬਹੁਤ ਵੱਡਾ ਸੰਘਰਸ਼ ਕਰਨ ਦੀ ਲੋੜ ਆ ਪੰਜਾਬ ਨੂੰ, ਪੰਜਾਬ ਨੂੰ, ਪੰਜਾਬੀਅਤ ਨੂੰ, ਉਹਨੂੰ ਆਪਣੇ ਵਿਰਸੇ ਨੂੰ, ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ। ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਆਹ ਜਿਹੜੇ ਸਾਡੇ 26 ਤਰੀਕ ਤੱਕ ਧਰਨੇ ਚੱਲ ਰਹੇ ਸੀ ਉਹਨਾਂ ਨੂੰ ਜੋ ਹਾਲਤਾਂ ਵੇਖ ਕੇ, ਲੋਕਾਂ ਦਾ ਸਹਿਯੋਗ ਵੇਖ ਕੇ 29 ਸਤੰਬਰ ਤੱਕ ਅੱਗੇ ਵਧਾ ਦਿੱਤੇ ਗਏ ਆ ਅਤੇ 28 ਤਰੀਕ ਨੂੰ ਫਿਰ ਮੀਟਿੰਗ ਲੱਗੂਗੀ, ਫਿਰ ਇਹ ਮੋਰਚੇ ਬਾਰੇ ਅਗਲਾ ਫੈਸਲਾ ਜਿਹੜਾ ਵਧਾਉਣ ਬਾਰੇ ਉਹ ਕੀਤਾ ਜਾਵੇਗਾ। ਅਤੇ ਸਾਡੇ ਬਹੁਤ ਜਿਹੜਾ ਵੱਡਾ ਜਿਹੜਾ ਸਾਰਾ ਚੱਲ ਰਿਹਾ, ਅਸੀਂ ਮੋਰਚੇ ਆਪਣਾ ਜਿਹੜਾ ਵਾ ਆਖਰ ਤੱਕ ਮੋਰਚਾ ਲੜਨਾ ਚਾਹਾਂਗੇ ਵੀ ਆਰਡੀਨੈਂਸ ਜਿਹੜੇ ਆ ਉਹ ਰੱਦ ਹੋ ਜਾਣ, ਆਰਡੀਨੈਂਸ ਰੱਦ ਕਰਾਉਣ ਤੱਕ ਆਖਰ ਤੱਕ ਆਪਣੇ ਮੋਰਚੇ ਨੂੰ ਚਲਾਉਣ ਦੀ ਜਿਹੜੀ ਸਾਡਾ ਮਨਸ਼ਾ ਵਾ ਅਤੇ ਦ੍ਰਿੜਤਾ ਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਅਸੀਂ ਇੱਕ ਜਿਹੜਾ ਮੋਦੀ ਸਾਹਿਬ ਨੂੰ ਆਪਾਂ ਸਿੱਧੀ ਸਿੱਧੀ ਇੱਕ ਚੇਤਾਵਨੀ ਦੇਣੀ ਚਾਹੁੰਦੇ ਹਾਂ ਅਸੀਂ ਨੌਜਵਾਨਾਂ ਵੱਲੋਂ ਵੀ ਜਿਹੜਾ ਹੁਣ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਜਾਗ ਗਿਆ ਹੈ, ਕਿਉਂ ਜਿਹੜਾ ਸੋਸ਼ਲ ਮੀਡੀਆ ਨੇ ਜਿਹੜੇ ਤੁਹਾਡੇ ਵਰਗੇ ਵੀਰਾਂ ਨੇ ਬਹੁਤ ਜਿਹੜਿਆਂ ਦੇ ਸਹਿਯੋਗ ਦਿੱਤਾ ਜਿਹੜਾ ਨੌਜਵਾਨਾਂ ਨੂੰ ਔਰ ਸਾਰੇ ਜਿਹੜੇ ਵਰਗਾਂ ਨੂੰ ਜਾਗਰੂਕ ਕੀਤਾ। ਅਸੀਂ ਇੱਕ ਸਿੱਧਾ ਜਿਹਾ ਮੋਦੀ ਤੱਕ ਸੁਨੇਹਾ ਜਿਹੜਾ ਪਹੁੰਚਾਉਣਾ ਚਾਹੁੰਦੇ ਹਾਂ ਵੀ ਜਾਂ ਤਾਂ ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਜਿਹੜੇ ਅੱਜ ਝੰਡਿਆਂ ਦੇ ਵਿੱਚ ਡੰਡੇ ਆ ਇੱਥੋਂ ਨੇਜੇ ਬਰਛੇ ਬਲਨ ਗਿਆ ਦੇਰ ਨਹੀਂ ਲੱਗਣੀ, ਜਿਹੜੀਆਂ ਹੱਥਾਂ 'ਚ ਅੱਜ ਕਈਆਂ ਨੇ ਇਹਨਾਂ ਵਿੱਚ ਹਥਿਆਰ ਆਉਣ ਲੱਗਿਆਂ ਦੇਰ ਨਹੀਂ ਲੱਗਣੀ। ਨੌਜਵਾਨਾਂ ਨੂੰ ਇਹਨਾਂ ਸ਼ੁਰੂ ਤੋਂ ਗੁੰਮਰਾਹ ਕੀਤਾ ਹੈ, ਕਦੀ ਉਹਨਾਂ ਨੂੰ ਜਿਹੜਾ ਇਹਨਾਂ ਸ਼ੁਰੂ ਤੋਂ ਇਹਨਾਂ ਦੀ ਨੀਤੀ ਆ ਵੀ ਨੌਜਵਾਨਾਂ ਨੂੰ ਜਿਹੜਾ ਆਸਣ ਮੁੱਦਿਆਂ 'ਤੇ ਭਟਕਾਇਆ ਜਾਵੇ। ਇਹਨਾਂ ਨੇ ਕੀ ਕੀਤਾ, ਉਹਨਾਂ ਨੂੰ ਫ੍ਰੀ ਦੀਆਂ ਉਹਨਾਂ ਨੈੱਟ ਦੇ ਗਏ ਜਾਂ ਫ੍ਰੀ ਦੀਆਂ ਗੇਮਾਂ ਦੇ ਕੇ ਜਿਹੜਾ ਨੌਜਵਾਨਾਂ ਦਾ ਧਿਆਨ ਕੇਂਦਰਿਤ ਕੀਤਾ, ਪਬਜੀ ਖੇਡਦੇ ਆ, ਪਰ ਇੱਕ ਦੱਸਦੇ ਅਸੀਂ ਪਬਜੀ ਖੇਡਦੇ ਖੇਡਦੇ ਨਿਸ਼ਾਨੇ ਵੀ ਬਹੁਤ ਲਾਉਣ ਲੱਗ ਪਏ ਹਾਂ।
ਤੇ ਇਹ ਸਾਡਾ ਸਿੱਧਾ ਸਿੱਧਾ ਜਿਹੜਾ ਕੀ ਆ ਜਿਹੜਾ ਕੇਂਦਰ ਸਰਕਾਰ ਨੂੰ ਜਿਹੜਾ ਚੈਲੇਂਜ ਆ ਵੀ ਇਹ ਆਰ ਪਾਰ ਦੀ ਲੜਾਈ ਹੋਊਗੀ ਤੇ ਅਸੀਂ ਕਿਸੇ ਵੀ ਜਿਹੜਾ ਕੋਈ ਵੀ ਵੱਡੇ ਤੋਂ ਵੱਡਾ ਬਲੀਦਾਨ ਦੇਣ ਤੋਂ ਪਿੱਛੇ ਨਹੀਂ ਹਟਾਂਗੇ। ਧੰਨਵਾਦ। ਖੇਤੀ ਆਰਡੀਨੈਂਸ ਜੋ ਮੋਦੀ ਸਰਕਾਰ ਨੇ ਪਾਸ ਕੀਤੇ ਆ ਇਹ ਬਹੁਤ ਹੀ ਘਾਤਕ ਨੇ। ਇਹਦੇ ਨਾਲ ਜਿਹੜੀ ਆਪਣੀ ਕਿਸਾਨੀ ਤਾਂ ਖਤਮ ਹੋ ਹੀ ਗਈ ਆ, ਇਹਦੇ ਨਾਲ ਕਿਸਾਨੀ ਨਾਲ ਜਿਹੜੇ ਜੁੜੇ ਹੋਰ ਵੀ ਕਿੱਤੇ ਆ ਜਾਂ ਬਾਜ਼ਾਰ ਹੈ ਸਾਰਾ ਖਤਮ ਹੋ ਜੂਗਾ। ਸੋ ਨੌਜਵਾਨ ਵੱਡੀ ਗਿਣਤੀ ਵਿੱਚ ਅੱਜ ਪਹਿਲੇ ਦਿਨ ਜਿਹੜਾ 25 ਸਤੰਬਰ ਨੂੰ ਧਰਨਾ ਸੀ ਉਹਦੇ ਵਿੱਚ ਨੌਜਵਾਨਾਂ ਦੀ ਬਹੁਤ ਸ਼ਮੂਲੀਅਤ ਹੋਈ ਹੈ। ਸੋ ਨੌਜਵਾਨ ਬਹੁਤ ਭਾਰੀ ਗਿਣਤੀ ਵਿੱਚ ਪਹੁੰਚੇ ਨੇ, ਸਾਥ ਦੇ ਰਹੇ ਨੇ, ਬਹੁਤ ਵਧੀਆ ਗੱਲ ਹੈ। ਰਮਨਦੀਪ ਕੌਰ ਮਰਖਾਈ ਐਂਟੀ ਡਰੱਗ ਲੜ ਰਹੀ ਹਾਂ। ਨਸ਼ੇ ਦੇ ਖਿਲਾਫ਼ ਮੇਰੀ ਪੂਰੇ ਪੰਜਾਬ ਲੈਵਲ 'ਤੇ ਨਹੀਂ ਪੂਰੇ ਇੰਡੀਆ ਲੈਵਲ 'ਤੇ ਲੜਾਈ ਚੱਲ ਰਹੀ ਆ ਅਤੇ ਮੈਂ ਇੱਕ ਕਿਸਾਨ ਦੀ ਬੇਟੀ ਹੋਣ ਦੇ ਨਾਤੇ ਮੈਂ ਇਹਨਾਂ ਦਾ ਜਿਹੜਾ ਤੈਅ ਨਾਲ ਇਹਨਾਂ ਦੇ ਖੜੀ ਹਾਂ, ਇਹਨਾਂ ਦਾ ਸਮਰਥਨ ਕਰਦੀ ਹਾਂ। ਨਾਲ ਮੈਂ ਇਹ ਗੱਲ ਕਹਿੰਦੀ ਹਾਂ ਕਿ ਜਿੱਥੇ ਸਾਡੇ ਨੌਜਵਾਨ ਵੀਰ ਆਏ ਆ, ਮੈਂ ਇੱਕ ਲਾਈਵ ਦੇ ਵਿੱਚ ਨੌਜਵਾਨ ਵੀਰਾਂ ਨੂੰ ਕਿਹਾ ਸੀ ਕਿ ਨੌਜਵਾਨ ਵੀਰ ਅੱਗੇ ਹੁਣ ਮੈਂ ਧੰਨਵਾਦੀ ਹਾਂ ਉਹਨਾਂ ਭਰਾਵਾਂ ਦੇ ਜਿਹੜੇ ਅੱਗੇ ਆਏ ਆ, ਅਤੇ ਬੀਬੀਆਂ ਨੂੰ ਵੀ ਮੈਂ ਕਹਿੰਦੀ ਹਾਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲੈਣ, ਕਿਉਂਕਿ ਹਰ ਔਰਤ ਆ ਜਿਹੜੀ ਉਹ ਕਿਸੇ ਨਾ ਕਿਸੇ ਤਰੀਕੇ ਕਿਸਾਨ ਦੇ ਨਾਲ ਵੀ ਅਟੈਚ ਆ, ਚਾਹੇ ਉਹ ਦੁਕਾਨਦਾਰ ਆ ਉਹਦੇ ਨਾਲ ਵੀ ਅਟੈਚ ਆ, ਚਾਹੇ ਕਿਵੇਂ ਵੀ ਆ, ਔਰਤ ਹਰ ਪੱਖ 'ਤੇ ਹਰ ਕੰਮ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਆ, ਅਤੇ ਜਿਹੜੇ ਧਰਨੇ ਆ ਇਹਨਾਂ ਦੇ ਵਿੱਚ ਵੀ ਔਰਤਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ। ਜੋ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਇਹ ਮੋਰਚਾ 28 ਤਰੀਕ ਤੱਕ ਵਧਾ ਕੇ 29 ਤਰੀਕ ਤੱਕ ਵਧਾ ਕੇ ਕੀਤਾ ਗਿਆ, ਸਭ ਵੀਰਾਂ ਭਰਾਵਾਂ ਨੂੰ ਅਤੇ ਜੋ ਕਿ ਆਪਣੇ ਘਰ ਵਿੱਚ ਪਰਿਵਾਰ ਦੇ ਮੈਂਬਰ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਈਏ, ਜੋ ਕਿ ਆਪਣੀ ਜ਼ਮੀਨ ਆਪਾਂ ਇਹਨਾਂ ਨੂੰ ਬਚਾ ਸਕੀਏ ਗੰਦੀਆਂ ਸਰਕਾਰਾਂ ਨੂੰ ਛੱਡ ਕੇ, ਆਉਣ ਵਾਲੇ ਸਮੇਂ 'ਚ ਆਪਾਂ ਆਪਣੇ ਭਵਿੱਖ ਨੂੰ ਸੁਧਾਰੀਏ। ਵੇਖੋ ਜੀ ਵੀਰੋ, ਜੇਕਰ ਆਪਣੀ ਜ਼ਮੀਨ ਨਾ ਰਹੀ ਸਮਝੋ ਕਿ ਆਪਾਂ ਆਪ ਨਾ ਰਹੇ, ਜੇ ਆਪਾਂ ਇਹਨਾਂ ਦੀ ਆਪਾਂ ਦੇਖਭਾਲ ਕਰ ਜਾਂਗੇ, ਆਪਾਂ ਆਵਾਂਗੇ ਮੋਰਚਿਆਂ ਵਿੱਚ ਹਿੱਸਾ ਲਵਾਂਗੇ ਤਾਂ ਜਾ ਕੇ ਆਪਾਂ ਏਕਤਾ ਹੋਊਗੀ ਅਤੇ ਆਪਾਂ ਸਾਰੇ ਆਪਣੀਆਂ ਜ਼ਮੀਨਾਂ ਦੇ ਮਾਲਕ ਬਣ ਸਕਾਂਗੇ। ਕਿਸੇ ਵੀ ਕੋਈ ਅਕਾਲੀ ਦਲ ਸਰਕਾਰ, ਕੈਪਟਨ ਸਰਕਾਰ ਵੀਰ ਜੀ, ਇਹਨਾਂ ਕਿਸੇ ਨੇ ਕੁਛ ਨਹੀਂ ਆਪਾਂ ਨੂੰ ਦੇਣਾ। ਜੇਕਰ ਆਪਾਂ ਆਪਣੇ ਭਵਿੱਖ ਨੂੰ ਸੁਧਾਰਨਾ, ਆਉਣ ਵਾਲੀ ਪੀੜ੍ਹੀ ਨੂੰ ਆਪਾਂ ਅੱਗੇ ਲੈ ਕੇ ਚੱਲਣਾ ਤਾਂ ਆਪਾਂ ਇਹ ਮੋਰਚਾ 'ਚ ਹਿੱਸਾ ਲਈਏ, ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਆਪਾਂ ਛੱਡੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਜੀ, ਜੋ ਆ ਪਾਰਟੀਆਂ ਬਾਜ਼ੀਆਂ ਦਾ ਮਸਲਾ ਲੈ ਕੇ ਅੱਜ ਅਸੀਂ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਆ ਰਹੇ ਸੀ, ਕੋਈ ਕਾਂਗਰਸੀ ਕਹਿੰਦਾ ਇੱਥੇ ਬਹਿ ਕੇ ਸਾਡਾ ਸਮਰਥਕ ਕਰੋ, ਕੋਈ ਅਕਾਲੀ ਕਹਿੰਦੇ ਆ ਜੀ, ਵੀਰ ਜੀ ਇਹ ਨਾ ਤਾਂ ਕਿਸੇ ਆਪਣੇ ਨਾਲ ਅਕਾਲੀਆਂ ਨੇ ਖੜਨਾ, ਇਹਨਾਂ ਨਾਲ ਵੀ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਕਿੱਡੀ ਵੱਡੀ ਬੇਅਦਬੀ ਹੋਈ ਹੈ। ਆਪਾਂ ਨੂੰ ਇਹ ਸਰਕਾਰਾਂ ਸਭ ਲੋਟੂ ਟੋਲੇ ਨੇ, ਹੁਣ ਲੜਾਈ ਆਈ ਹੈ ਜੀ ਆਪਣੇ ਜ਼ਿਮੀਂਦਾਰਾਂ ਦੀ, ਆਪਾਂ ਆਪਦੇ ਹੱਕ ਵਾਸਤੇ ਲੜਨਾ। ਇਸ ਕਰਕੇ ਵੀਰ ਜੀ ਕਿਸਾਨ ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਕਰਦਾ, ਨਵੀਂ ਪਨੀਰੀ ਨੂੰ, ਨਵੇਂ ਯੂਥ ਨੂੰ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਇਹਨਾਂ ਧਰਨਿਆਂ ਦਾ ਸਾਥ ਦੇਈਏ, ਇਕੱਠ ਕਰੀਏ, ਪਾਰਟੀਆਂ ਬਾਜ਼ੀਆਂ ਛੱਡੀਏ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਲਹਿਰ ਵੇਖ ਕੇ ਲੱਗਦਾ ਵੀ ਕਿਸਾਨਾਂ ਦੀ ਲਹਿਰ ਵੇਖ ਕੇ ਅੱਜ ਉਹਨਾਂ ਡੇਟ ਹੋਰ ਦਿਨ ਹੋਰ ਵਧਾ ਤੇ ਨੇ, ਕਿਉਂਕਿ ਹੁਣ ਕਿਸਾਨ ਆਪਦੀ ਲੋੜ ਵਾਸਤੇ ਬਾਹਰ ਨਿਕਲਿਆ, ਸਾਰੀਆਂ ਪਾਰਟੀਆਂ ਨੂੰ ਛੱਡਤਾ ਹੈ, ਆਪਣੇ ਆਪ ਲਈ ਆਉਣੇ ਪਏ ਸਾਰੇ ਕਿਸਾਨ। ਇਸ ਲਈ ਮੇਰੇ ਵੀਰੋ, ਪਾਰਟੀ ਬਾਜ਼ੀ ਇਹ ਨਾ ਸਮਝੋ, ਕੋਈ ਕਹਿੰਦਾ ਅੱਜ ਮੈਂ ਉਹਦੇ ਮਗਰ ਨਹੀਂ ਜਾਣਾ, ਕਈ ਵਾਰੀ ਕੱਲ੍ਹ ਇੱਕ ਬੰਦਾ ਕਹਿੰਦਾ ਸੀ ਮੈਂ ਯਾਰ ਹੋ ਗਿਆ ਉਹਦੇ ਮਗਰ ਜਾਣਾ ਨਹੀਂ ਗਾ, ਆਪਾਂ ਆਪਣੇ ਲਈ ਆਉਣਾ ਹੈ ਮੇਰੇ ਵੀਰੋ, ਕਿਸੇ ਲਈ ਨਹੀਂ ਆਉਣਾ, ਕਿਉਂਕਿ ਹੁਣ ਟਾਈਮ ਉਹ ਆ ਗਿਆ ਹੈ, ਆਪਣੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ, ਇਹ ਜੇ ਆਪਾਂ ਆਪਦੀ ਜ਼ਮੀਨ ਨਹੀਂ ਬਚਾ ਸਕਾਂਗੇ ਕੱਲ੍ਹ ਨੂੰ ਆਪਣੀ ਹੋਂਦ ਖਤਮ ਹੋ ਜਾਏਗੀ। ਇਹੀ ਟਾਈਮ ਹੈ ਅੱਗੇ ਆ ਕੇ ਸਾਰੇ ਆਉਣ, ਆਪਦੀ ਹੋਂਦ ਬਚਾਉਣ। ਵੀਰ ਜੀ ਵੇਖੋ, ਕਿਸਾਨ ਭਰਾਵੋ, ਆਪਣਾ ਮੋਰਚਾ ਕਿੰਨਾ ਸਫਲ ਹੈ, ਬਿਨਾਂ ਕਹਿਣ ਤੋਂ ਹਰ ਇੱਕ ਦੁਕਾਨਦਾਰ, ਹਰ ਇੱਕ ਵਪਾਰੀ ਨੇ ਆਪਣੇ ਆਪਾਂ ਨੂੰ ਸਮਰਥਨ ਦਿੱਤਾ ਹੈ, ਕੁੱਲ ਪੰਜਾਬ ਬੰਦ ਪਿਆ ਹੈ। ਵੇਖੋ ਇਹ ਮੋਰਚਾ ਪਹਿਲਾ ਮੋਰਚਾ ਜਿਹਨੂੰ ਹਰ ਇੱਕ ਨੇ ਸਮਰਥਨ ਦਿੱਤਾ ਹੈ, ਜੇ ਕਦੇ ਕਿਸੇ ਮੋਰਚੇ ਨੂੰ ਸਮਰਥਨ ਨਹੀਂ ਕਿਹਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇੱਥੇ ਕਿਸਾਨਾਂ ਦਾ ਰੋਹ ਵੇਖਿਆ, ਸਾਰੇ ਨੌਜਵਾਨ ਵੀਰ ਆਪ ਮੁਹਾਰੇ ਹੋ ਕੇ ਇੱਥੇ ਪਹੁੰਚੇ ਨੇ, ਜਿਹੜਾ ਅੱਜ ਗਿਣਤੀ ਮਿਣਤੀ ਤੋਂ ਕੰਮ ਬਿਲਕੁਲ ਬਾਹਰ ਹੋ ਗਿਆ, ਅਤੇ ਵੇਖਣ ਨੂੰ ਲੱਗਦਾ ਕਿ ਜਿਵੇਂ ਕਿਸਾਨਾਂ ਨੂੰ ਅੱਜ ਹੀ ਸਮਝ ਲੱਗੀ ਕਿ ਸਾਡੇ 'ਤੇ ਕਾਰੀ ਚੱਲ ਗਈ ਹੈ। ਪਰ ਜਿਹੜਾ ਸਰਕਾਰ ਨੇ ਐਡਾ ਵੱਡਾ ਕੁਹਾੜਾ ਕਿਸਾਨਾਂ 'ਤੇ ਰੱਖਿਆ, ਇਹ ਕਿਸਾਨ ਬਰਦਾਸ਼ਤ ਨਹੀਂ ਕਰਦੇ। ਇੱਕ ਮੈਂ ਤੁਹਾਡੇ ਨਾਲ ਗੱਲ ਕਰਦਾ, ਨੀਂਦ ਨਾ ਵੇਖੇ ਬਿਸਤਰਾ, ਭੁੱਖ ਨਾ ਵੇਖੇ ਮਾਸ, ਮੌਤ ਨਾ ਪੁੱਛੇ ਉਮਰ ਨੂੰ, ਅਤੇ ਇਸ਼ਕ ਨਾ ਪੁੱਛੇ ਜਾਤ। ਇਹਨਾਂ ਲੋਕਾਂ ਨੂੰ ਨਾ ਤਾਂ ਭੁੱਖ ਅਤੇ ਨਾ ਬਿਸਤਰੇ ਦੀ ਲੋੜ ਹੈ। ਅੱਜ ਇੱਥੇ ਪੱਥਰਾਂ ਦੇ ਉੱਤੇ ਦਿਨ ਰਾਤ ਲੰਮੇ ਪੈ ਕੇ ਬੜੇ ਵੱਡੇ ਸੰਘਰਸ਼ ਕਰ ਰਹੇ ਨੇ, ਅਤੇ ਇਹਨਾਂ ਨੂੰ ਕਿਸੇ ਬਿਸਤਰੇ ਦੀ ਪਰਵਾਹ ਵੀ ਨਹੀਂ। ਇਹ ਅੱਜ ਇੱਥੇ ਬਿਸਤਰੇ ਤੋਂ ਬਿਨਾਂ ਹੀ ਰਾਤ ਦਿਨ ਇੱਕ ਕਰਕੇ ਸੰਘਰਸ਼ ਕਰ ਰਹੇ ਨੇ, ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਇਹ ਲੋਕ ਅੱਜ ਜਿਹੜੇ ਨੇ ਇਹ ਆਪਣਾ ਖੂਨ ਵਹਾਉਣ ਤੱਕ
जाएंगे। जेकर मोदी सरकार इस काम तो बाज ना आई, आर्डिनेंस पिछे वापस ना लै तो इस लोग बाबा बंदा सिंह बहादुर की तरह लोहे ना लोहा लैके इस सरकार का पिट स्यापा कर दे, सरकार दे गल लग जाएंगे तो अपना लहू वहाँ तैयार है। असी मोदी सरकार नूं कहिंदे आ, जिवें मोदी सरकार कहिंदी है कि पंजाब दे विचों सिखां दी गिणती नहीं होनी चाहिए, इत्थे हिंदू सारे होने चाहिए हैं, पर असी यह गल कहिंदे हाँ मोदी ये केस तां रहणगे, रहणी नहीं बोधी। वाहिगुरू जी का खालसा, वाहिगुरू जी की फतेह। रखनी जी किसे होर ने गल। जी का खालसा, वाहिगुरू जी की फतेह। मेरे सारी संगत नूं हाथ जोड़ के बेनती है, बहुत वधिया अज जिहड़ा सारयां ने संजोग संघर्ष कमेटी का दिता है, किसानां दे नाल सारे वीर जुड़ के बैठे ने, नौजवान भी साडे मेरे वीर सारे अज बहुत वड्डे भारी कठ दे विच साथ दे रहे ने। असी सानू इसे तरह ही हमेशा संघर्ष करना पवेगा जेकर असी अपना हक लैना है। कोई पार्टी नहीं, कोई अकाली कोई कांग्रेस किसी पार्टी का मतलब ना रखिए, असी सारे नौजवान कट्ठे हो के साडे बजुर्गों का साथ दईए। वरियां तो लैके साडे चाचे ताए साडे वड्डे शरीके वड्डे साडे बजुर्ग साडियां जमीनां नूं अज तक सांभदे आए ने, इन्हां ने मिट्टी ना मिट्टी हो के सानू इसे विचों रोटी मिली है, पर असी अज उह संघर्ष करदे रहे ने ते असी बचे रहे हां। अज सानू संघर्ष करन दी लोड़ है मेरे वीरो, किसी पार्टी बदले ना लड़ो, किसी सरकार का मुद्दा ना रखो, सिर्फ अपनी रोटी लई लड़ो। साडा मोदी सरकार ने साडी रोटी नूं खोया, साडी रोजी रोटी ते धक्का करन जा रही है। असी सारे कट्ठे हो के इस संघर्ष का हिस्सा बनीए, जिन्ना टाइम तक सानू इंसाफ नहीं मिलता असी एक मुठ हो के किसान संघर्ष कमेटी का साथ दईए, किसानों का साथ दईए, किसी पार्टी नूं मुख ना रखिए। वाहिगुरू जी का खालसा, वाहिगुरू जी की फतेह। जी मोदी दे मकान आए बैठे हैं, कोई 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 लैण गया तेल आउंदे वास्ते, कोई साबण लैण कल्या वै, कोई पानी लैण कल्या वै, जड़दा कोई भी नहीं पिया। जदों जिन्ना चिर सारे कट्ठे होणगे साबण पानी आ, हो सकदा सानूं तेल अद्धा बचदा साड़ना ही पवे, सारा नहीं साड़ना, इहनूं अद्धा बचदा साड़ांगे, फिर वेखांगे अगली फिर कदों साड़ना है। वाहिगुरू जी का खालसा, वाहिगुरू जी की फतेह। ये जिहड़ियां सरकारां तिन ऑर्डीनेंस लै के आईआं है, इहनां दा विरोध 7 सितंबर तों लै के अज 5 तक चल गया, इन्हों का विरोध करते रहेंगे। इन्हों सरकार पिछे जिन्ना चिर मोड़ नहीं लेंदे, संघर्ष इस तरह वध तो वध बधाई चलेंगे, तेज रखांगे। इन्हां बेनतियां नाल वाहिगुरू जी का खालसा। मैं राजविंदर सिंह, आल इंडिया सिख स्टूडेंट फैडरेशन का जिला प्रधान फिरोजपुर। मैं अज इत्थे धरने ते आया, मैं इत्थे आके वेख्या कि नौजवानों की गिनती बहुत ज़्यादा जिहड़ी कि चाहीदी भी सी। अज दा इह नौजवान जिहड़ा कि पहलां सिंगरां दे मगर जां होर साधनां दे मगर लग के आसे पासे भटक रहा सी, उह अज किसानां दे संघर्ष विच खड़ा हो गया, जिंदी कि बहुत ज़्यादा वड्डी लोड़ सीगी। पिंड पद्धर ते सारे नौजवानों नूं सुनेहा मिल गया, मेरा भी एक इही सुनेहा फेसबुक ट्विटर ते जिहड़े वट्सअप ग्रुप जो भी सारे असीं चलाउणे आ, असीं फेसबुक राहीं सारे माध्यम राहीं इको एक सुनेहा दईए कि जिहड़े 3 आर्डीनेंस आ उहनां नूं कैंसल किया जाए, रद्द किया जाए, तां जो असीं फेसबुक राहीं वी देशां विदेशां विच वी इह मैसेज आपदा पहुँचा सकीए कि जिहड़े ये आर्डीनेंस पास किए आ वो सारे सर गलत आ, पंजाब नूं कहिंदे तो आर्डीनेंस तो खतरा है, मोदी तो खतरा है, सो ये आर्डीनेंस सारे ही कैंसल करके साडे जिहड़े पंजाब नूं बचाया जाए। असी सारे ही पंजाब दे नाल इस तरह मोढ़े नाल मोढ़ा मेरी सारी टीम खड़ी है।